ਬੁਰੀਆਂ ਲੱਗਦੀਆਂ ਓਦਾਂ ਹੀ ਕਿਤੇ ਨੀ ਮਾਤਾ ਮੈਂ ਬੱਤੀ ਨਾਲ ਲੱਗਦਾ ਮਿਸਤਰੀ ਲੈ ਆਇਆ ਤੂੰ ਪੁੱਠੇ ਕੰਮ ਕਰਦਾ ਵਾ ਮੰਮੀ ਮੈਂ ਕਿਹੜਾ ਕਿਹਾ ਆਪ ਹੀ ਕਹਿੰਦੇ ਰੌਣਕ ਲਾਈ ਰੱਖਦੀਆਂ ਜੇ ਹਨਾ ਸਭੀ ਹੁਣ ਤੁਸੀਂ ਦੱਸੋ ਮੇਰਾ ਕੋਈ ਕਸੂਰ ਹੈਗਾ ਮੰਮੀ ਜਾਣ ਜਾਣ ਕੇ ਆਣ ਕੇ ਮੇਰੇ ਨਾਲ ਲੜਾਈ ਲੰਮਾ ਲੈਂਦੇ ਆ ਤੁਸੀਂ ਸੁੱਖ ਚੁੱਪ ਰਿਹਾ ਗਾ ਜੇ ਕਹਿਤਾ ਗੁੱਸਾ ਚੜ ਗਿਆ ਤੂੰ ਵੇਖ ਕੇ ਮੈਂ ਉਹ ਪਤੀ ਨਾਲ ਗਿਆ ਤੇਰੇ ਆਪੇ ਮਿਸਤਰੀ ਲਿਆ ਕੇ ਜਾਂਦਾ ਹਾਂ ਜਿਹੜੇ ਪੁੱਠੇ ਸਿੱਧੇ ਤੁਸੀਂ ਦੋਵੇਂ ਜਾਣੇ ਹਾਂ ਉਹ ਤਾਂ ਪੁੱਤ ਵਾ ਤਾਂ ਕੀੜੀਆਂ ਇੰਨੀਆਂ ਹੈ ਮਾਤਾ ਫਿਰ ਕੀ ਕਰਦੇ ਤੇ ਕੀੜੀਆਂ ਝਾੜੂ ਨਾ ਝਾੜੀਆਂ ਜਾਂਦੀਆਂ ਹੁਣ ਹਟ ਜਾਣੀਆਂ ਕੀੜੀਆਂ ਉਹ ਹੋਰ ਦਵਾਈ ਪਾਤੀ ਵੇਖੀ ਦਵਾਈ ਪਾਤੀ ਤੂੰ ਜਿਹੜੀ ਲੱਭਣੀਆਂ ਨਹੀਂ ਕਿੱਥੇ ਗਈਆਂ ਐ ਜਿਹੜੇ ਕੰਮ ਕਰਨਾ ਓਏ ਉਹ ਜਾ ਕੇ ਕਰ ਇਹ ਪੁੱਠੇ ਕੰਮ ਨਾ ਕਰ ਤੇ ਮੈਂ ਆਖਣ ਡਈ ਓ ਉਹ ਵੀ ਕੰਮ ਕਰਦਾ ਹੀ ਆ ਕਰਦਾ ਮੈਂ ਤੂੰ ਪਾਰ ਥੰਮੇ ਆ ਤੂੰ ਕਰਦਾ ਕੀ ਨਾ ਸਲਜਿਆ ਚਾਹ ਮੈਂ ਚਾਦਰ ਝਾੜ ਤੂੰ ਸਾਰੀ ਤੇ ਆਹੀ ਇਕੱਠੀ ਕੀਤੀ ਇਹ ਨੂੰ ਕਰ ਲਾ ਕਰਦੀ ਹਰ ਪਾਸੇ ਮੇਰੀ ਗਲਤੀ ਮੇਰੀ ਗਲਤੀ ਇਹਨਾਂ ਦੀ ਹਿੰਮਤ ਨਹੀਂ ਹੀ ਪੈਣੀ ਇੱਦਾਂ ਦੀ ਗੱਲਾਂ ਕਰਨ ਦੀ ਮੈਨੂੰ ਜੇ ਕਿਤੇ ਮੇਰੀ ਮਾਂ ਆਉਂਦੀ ਹੁੰਦੀ ਭਰਾ ਆਉਂਦੇ ਹੁੰਦੇ ਮੇਰੇ ਮਗਰ ਮੈਂ ਤਾਂ ਸਾਰੀਆਂ ਧੀਆਂ ਨੂੰ ਲੋਕਾਂ ਨੂੰ ਇਹੀ ਸਮਝਾਉਂਗੀ ਕਿ ਕੁੜੀਓ ਆਪਣੇ ਪੇਕਿਆਂ ਤੋਂ ਹਿੱਸਾ ਨਾ ਲੈ ਕੇ ਆਇਓ ਬਾਅਦ 'ਚ ਤੁਹਾਡੀ ਸਹੁਰਿਆਂ 'ਚ ਵੀ ਇੱਜ਼ਤ ਨਹੀਂ ਜੇ ਰਹਿੰਦੀ ਹਜੇ ਤਾਂ ਮੈਂ ਹਿੱਸਾ ਲਿਆਂਦਾ ਨਹੀਂ ਸੀ ਹਿੱਸੇ ਦੀ ਗੱਲ ਹੀ ਕੀਤੀ ਸੀ ਅਤੇ ਆਹ ਕੁਛ ਬਣ ਡਿਆ ਮੇਰੇ ਨਾਲ ਇੱਥੇ ਉਹਨਾਂ ਨੇ ਮੈਨੂੰ ਛੱਡਤਾ ਨਹੀਂ ਤਾਂ ਉਹ ਮੇਰੇ ਪਿੱਛੇ ਫੇਰੇ ਰੱਖਦੇ ਹੁੰਦੇ ਮੰਮੀ ਨੇ ਦੰਦਾਂ ਤੋਂ ਦੰਦ ਨਹੀਂ ਚੁੱਕਦੀ ਹੁੰਦੀ ਕੋਈ ਗੱਲ ਨਹੀਂ ਵਾਧੂ ਮੈਨੂੰ ਇਹਨੇ ਕਰਨੀ ਅੱਜ ਮੈਨੂੰ ਨਾ ਇੰਨਾ ਹੋਣ ਡਿਆ ਨਾ ਵੀ ਕਿਹੜੇ ਵੇਲੇ ਮੇਰੀ ਮਾਂ ਆਣ ਕੇ ਮੈਨੂੰ ਮਿਲ ਜੇ ਭਰਾ ਮਿਲ ਜੇ ਭਰਜਾਈਆਂ ਮਿਲ ਜਾਣ ਅਤੇ ਮੈਨੂੰ ਵੀ ਠੰਡ ਪੈ ਜੇ ਜਿੱਦਾਂ ਦਾ ਮੇਰੇ 'ਤੇ ਟਾਈਮ ਸੀ ਨਹੀਂ ਤਾਂ ਹੁਣ ਫੇਰੇ 'ਤੇ ਫੇਰਾ ਰੱਖਣਾ ਸੀ ਮਾਂ ਮੇਰੀ ਨੇ ਵੀ ਆਉਣਾ ਸੀ ਫਰੂਟ ਲੈ ਕੇ ਭਰਾਵਾਂ ਨੇ ਵੱਖਰੇ ਭਰਜਾਈਆਂ ਨੇ ਵੱਖਰੇ ਪਰ ਅੱਜ ਮੇਰਾ ਕੋਈ ਵੀ ਨਹੀਂ ਸਾਥ ਦੇਣ ਡਿਆ ਕੋਈ ਵੀ ਨਹੀਂ ਮੇਰੇ ਵੱਲ ਇੱਥੇ ਵੀ ਮੈਂ ਟਾਈਮ ਪਾਸ ਹੀ ਕਰਨ ਡਈ ਹੁਣ ਸਾਰਾ ਕੁਛ ਮੇਰੀ ਜ਼ਬਾਨ ਨੇ ਕਰਾਇਆ ਜੇ ਮੈਂ ਆਪਣੀ ਜ਼ਬਾਨ ਅੰਦਰ ਰੱਖਦੀ ਤਾਂ ਆਹ ਕੁਛ ਮੇਰੇ ਨਾਲ ਨਾ ਹੁੰਦਾ ਮੇਰੇ ਨਾਲ ਅੱਜ ਭਰਜਾਈਆਂ ਵੀ ਵਰਤਦੀਆਂ ਹੁੰਦੀਆਂ ਸੱਚ ਹੀ ਆਉਂਦੇ ਸਿਆਣੇ ਵੀ ਜ਼ਬਾਨ ਆਉਂਦੀ ਆ ਵੀ ਤੂੰ ਗੱਲ ਮੂੰਹੋਂ ਕੱਢ ਅਤੇ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਮੈਨੂੰ ਤਾਂ ਪੇਕਿਆਂ ਤੋਂ ਹੀ ਕੱਢ ਛੜਿਆ ਕਰਦੀ ਮੰਮੀ ਰੋਟੀ ਲੈ ਆ ਮੈਂ ਨਹੀਂ ਪੁੱਤ ਖਾਣੀ ਰੋਟੀ ਮੇਰਾ ਨਹੀਂ ਜੀ ਕਰਦਾ ਕੀ ਗੱਲ ਹੋਈ ਆ ਕੋਈ ਨਹੀਂ ਪੁੱਤ ਮੇਰਾ ਮਨ ਨਹੀਂ ਲੱਗਣ ਡਿਆ ਨਾ ਤਾਂ ਰਾਤ ਮੈਨੂੰ ਸੁਪਨੇ ਚੰਗੇ ਆਏ ਆ ਤੇ ਨਾ ਹੀ ਮੇਰਾ ਜੀ ਕਰਨ ਡਿਆ ਰੋਟੀ ਖਾਣ ਨੂੰ ਨਹੀਂ ਖਾਣੀ ਬਸ ਪਤਾ ਲੱਗ ਗਿਆ ਤੁਹਾਨੂੰ ਕੀ ਹੋਇਆ ਕਿਉਂ ਤੂੰ ਅੰਤਰ ਜਾਮੀ
ਮੰਮੀ ਅੰਤਰ ਜਾਮੀ ਤੇ ਨਹੀਂ ਪਤਾ ਤਾਂ ਹੈਗਾ ਵਾ, ਪਰ ਕੀ ਹੋਇਆ ਤੁਹਾਨੂੰ? ਕਿਹੜੀ ਗੱਲ, ਤੁਸੀਂ ਰੋਟੀ ਨਹੀਂ ਖਾਣ ਡੇ? ਉਹ ਤਾਂ ਮੇਰਾ ਜੀਨ ਲੱਗਣ ਡਿਆ, ਮੈਂ ਤਾਂ ਨਹੀਂ ਖਾਣੀ। ਹੋਰ ਕੀ ਹੋਇਆ? ਜੀ ਤਾਂ ਹੀ ਲੱਗਣ ਡਿਆ, ਕੁੜੀ ਤੋਂ ਬਗੈਰ ਹੀ ਜੀ ਲੱਗਣ ਡਿਆ। ਭਾਵੇਂ ਮੰਮੀ ਤੂੰ ਜਿੰਨਾ ਮਰਜ਼ੀ ਉਤਲੇ ਉਤਲੇ ਮੈਨੂੰ ਕਹੀ ਜਾ ਵੀ ਮੈਂ ਇਹਨੂੰ ਮਿਲਣਾ ਨੀ, ਮੈਂ ਉਹ ਇੱਦਾਂ ਕਰਦੀ ਉਦਾਂ ਕਰਦੀ ਆ, ਪਰ ਧਿਆਨ ਤੇਰਾ ਉਹਦੇ ਵਿੱਚ ਹੀ ਆ। ਮੰਮੀ ਇੱਦਾਂ ਕਦੋਂ ਕਰਦੇ ਆ? ਫੇਰ ਪਾਓਗੇ ਜੇ ਜੀ ਕਰਦਾ ਤੇ ਮੇਲ ਆਓ, ਹਜੇ ਤਾਂ ਫਿਰ ਇਕੱਲੇ ਗਏ ਰੋਂਦੇ ਰਹਿੰਦੇ ਤੁਸੀਂ। ਮੇਰਾ ਕਿੱਦਾਂ ਆਵਾਂ ਮੈਂ, ਕੀ ਕਰਾਂ? ਮੇਰਾ ਜੀ ਨਹੀਂ ਕਰਦਾ ਜਾਣ ਨੂੰ, ਤੇ ਕਰਦਾ ਵੀ ਆ, ਉਹਨੇ ਕੰਮ ਵੀ ਨਹੀਂ ਕੀਤੇ ਮੇਲ ਵਾਲੇ, ਮੈਂ ਕਰਾਂ ਤੇ ਕਰਾਂ ਕੀ? ਮੇਰਾ ਜੀ ਮਾਸਾ ਹੀ ਲੱਗਣ ਡਿਆ, ਨਾ ਰਾਤ ਮੈਨੂੰ ਨੀਂਦ ਆਈ ਆ, ਨਾ ਦਿਨੇ ਮੇਰਾ ਉੱਧਰ ਹੀ ਖਿਆਲ ਜਾਣ ਡਿਆ, ਕੜੀ 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 ਆ। ਤੇ ਇੱਦਾਂ ਕਰੋ ਲਖਵੀਰ ਨਾਲ ਸਲਾਹ ਕਰਕੇ ਨਾ ਤੇ ਚੱਲ ਜਾਓ, ਰੋਟੀ ਪਾਣੀ ਖਾਓ, ਰੋਟੀ ਕਾਹ ਤੋਂ ਛੱਡਣੀ ਆ। ਮੰਮੀ ਬਸ ਕਹਾ ਇੱਦਾਂ ਨਾ ਕਰੋ, ਫਿਰ ਸਾਡੇ ਦਿਲ ਨੂੰ ਕੁਛ ਹੁੰਦਾ ਵਾ। ਰਘਵੀਰ ਵੀ ਆਖਣ ਲੱਗਿਆ ਨਹੀਂ ਮੰਮੀ ਕੀ ਕਰਦਾ, ਜਦੋਂ ਕੰਮ ਨੀ ਚੰਗੇ ਕੀਤੇ ਹੁਣ ਮਨ ਕਰਦਾ ਜਾਣ ਕੇ ਚੱਲ ਜਾਓ ਫਿਰ। ਹੁਣ ਮੇਰਾ ਮਨ ਹੀ ਨੀ ਬਿਲਕੁਲ ਲੱਗਣ ਡਿਆ। ਰੋਟੀ ਲਿਆ ਕੇ ਦਿੰਦੀ ਆ, ਰੋਟੀ ਖਾਓ, ਫਿਰ ਬਹਿ ਕੇ ਰਘਵੀਰ ਨਾਲ ਸਲਾਹ ਕਰਦੇ ਆ, ਤੇ ਫਿਰ ਤੁਸੀਂ ਜਿੱਦਾਂ ਉਹਨੂੰ ਸਹੀ ਲੱਗਦਾ ਉਹਨੇ ਵੀ ਤੁਹਾਡੇ ਵੱਲ ਵੇਖ ਕੇ ਕਹਿ ਹੀ ਦੇਣਾ ਵੀ ਚਲ ਜਾਓ। ਨਵਾਂ ਨਵਾਂ ਅਸੀਂ ਜੇ ਟੁੱਟਦਾ ਵੀ ਇਹ ਵੀ ਬੱਚੇ ਧੀਆਂ ਪੁੱਤ ਵਾ, ਇਹ ਗਲਤੀਆਂ ਸੌ ਕਰਨੇ, ਫਿਰ ਵੀ ਮਾਂ ਪਿਓ ਦਾ ਇਹੋ ਤੇ ਫਰਕ ਹੁੰਦਾ ਪੁੱਤ, ਇਹਨੂੰ ਸਾਰੇ ਇੱਕੋ ਜਿਹੇ, ਮੈਂ ਕੀ ਕਰਾਂ? ਚਲੋ ਮੰਮੀ ਠੀਕ ਹੈ, ਰਘਵੀਰ ਨਾਲ ਸਲਾਹ ਕਰ। ਨਾ ਤੇ ਮੈਂ ਸੁੱਖ ਨੂੰ ਹਿੱਸੇ ਦੇ ਸਕਦੀ ਹਾਂ, ਤੇ ਨਾ ਮੈਂ ਪੁੱਤਾਂ ਨੂੰ ਛੱਡ ਸਕਦੀ ਹਾਂ, ਤੇ ਨਾ ਮੈਂ ਧੀ ਨੂੰ ਛੱਡ ਸਕਦੀ, ਮੈਂ ਕੀ ਕਰਾਂ? ਚਲੋ ਮੰਮੀ ਮੈਨੂੰ ਦੋਵੇਂ ਪਾਸੇ ਮੇਰੇ ਵਾਸਤੇ ਤੇ ਫਸ ਗਈ। ਚਲੋ ਹੁਣ ਜੇ ਨਾ ਨਾ ਸੁੱਤੇ ਤੇ ਸਰੀਰ ਖਰਾਬ ਹੋ ਜਾਣਾ ਨਾ, ਸ਼ਦੈਲ ਨਾ ਕੁੜੀ ਨਹੀਂ ਹੋ, ਉਹ ਭਾਵੇਂ ਇਸ ਤਰ੍ਹਾਂ ਕਰੇ ਨਾ, ਤੇ ਤੁਸੀਂ ਇਸ ਤਰ੍ਹਾਂ ਆਪਣੇ ਮਨ ਚ ਬਸ ਕਰਦੇ ਰਹਿੰਦੇ ਆ, ਹਟ ਕੇ ਪਿਛਾਂਹ ਬਹਿ ਗਈ ਆ, ਅੱਜ ਤੋਂ ਪਿਛਾਂਹ ਹਟ ਗਈ ਤੇ ਸਾਰੀ ਉਮਰ ਪਿੱਛੇ ਹੀ ਰਹਿਣਾ ਇਹਨੇ ਫਿਰ। ਇਹੋ ਤੇ ਗੱਲ ਕਹਿੰਦੇ ਆ ਵੀ ਮੰਮੀ ਕੋਈ ਗੱਲ ਨੀ, ਜਰੂਰੀ ਥੋੜੀ ਆ ਵੀ ਉਹਨੇ ਹਿੱਸੇ ਲੈ ਕੇ ਫੇਰ ਹੀ ਮੰਨਣਾ ਵਾ, ਕੋਈ ਗੱਲ ਇਹਨੂੰ ਮਨਾ ਲੈਨੇ ਆ ਵੀ ਹਿੱਸੇ ਲੈਂਦੇ ਚੰਗੇ ਹੱਥਾਂ ਦਾ ਦਿੱਤਾ ਤੈਨੂੰ ਦਿਆ ਕਰਾਂਗੇ ਜੋ ਤੇਰਾ ਫਰਜ਼ ਆ। ਸਾਬੇ ਸਾਬਣ ਨਾਲ ਹੱਥ ਧੋ ਲੈਣੇ ਸੀ, ਚੰਗੀ ਤਰ੍ਹਾਂ ਦਵਾਈ ਪਾਈ ਕੀੜੀਆਂ ਨੂੰ, ਸਾਬਣ ਨਾਲ ਹੀ ਧੋਤੇ ਆ, ਧੋਤੇ ਸਾਬਣ ਨਾਲ, ਇੱਥੇ ਸਾਬਣ ਤੇ ਹੈ ਨਹੀਂ ਦਿਖਣ ਡਿਆ ਤੇ ਤੂੰ ਕਿੱਦਾਂ ਸਾਬਣ ਨਾਲ ਧੋ ਲਏ ਆ? ਦਵਾਈ ਕਿਤੇ ਹੱਥਾਂ ਨੂੰ ਚੜ ਗਈ ਆ, ਅੰਦਰ ਵੜ ਗਈ ਹੱਥਾਂ ਦੇ, ਵੀ ਉਹਦੀ ਵਾਸ਼ਨਾ ਕਿੱਦਾਂ ਦੀ ਆਉਣੀ, ਇੰਨੀ ਜ਼ਹਿਰੀਲੀ ਦਵਾਈ ਹੁੰਦੀ ਆ, ਕਿਤੇ ਨਹੀਂ ਕੋ ਹੋਇਆ, ਹੱਥ ਧੋ ਲਏ ਆ, ਮੈਂ ਦਵਾਈ ਕਿਹੜੀ ਹੱਥ ਨਾਲ ਫੜ ਕੇ ਪਾਈ, ਕਾਗਜ਼ ਜੇ ਨਾਲ ਪਾਈ ਆ, ਗਰਕ ਜਾਣਿਆ ਪੈਸਾ ਤੇ ਕੋਲ ਹੈ ਨਹੀਂ ਕੋਈ ਵੀ, ਪੁੱਠਾ ਪੰਗਾ ਨਾ ਕੋਈ ਪਾ ਲਈ। ਮੰਮੀ ਪੈਸਾ ਪੈਸਾ ਬਸ ਇਹੋ ਹੀ ਆ ਵੀ ਸਾਨੂੰ ਹਸਪਤਾਲਾਂ ਚ ਦੇਣ ਨੂੰ, ਤੇ ਫੇਰ ਹੁਣ ਪੈਸਾ ਹੋਊਗਾ ਤੇ ਕਿਤੇ ਜਾਵਾਂਗੇ, ਪੈਸੇ ਤੋਂ ਬਗੈਰ ਕਿਤੇ ਉੱਥੋਂ ਇੱਥੇ ਨਹੀਂ ਜਾਇਆ ਜਾਂਦਾ। ਮਾਤਾ ਚੰਗਾ ਚੰਗਾ ਬੋਲਿਆ ਕਰ, ਉਹ ਮਾੜੀਆਂ ਜਿਹੀਆਂ ਕੀੜੀਆਂ ਦੋ ਚਾਰ ਤੁਰੀਆਂ ਫਿਰਦੀਆਂ, ਉਹਨਾਂ ਨੂੰ ਦਵਾਈ ਪਾਈ ਆ, ਹਟ ਜਾਣੀਆਂ ਵਾ, ਤਾਂ ਦਵਾਈ ਕਿਹੜੀ ਆ ਦਾਸਾ, ਜ਼ਹਿਰ ਆ ਕਿਤੇ? ਜ਼ਹਿਰ ਹੀ ਹੁੰਦਾ ਵਾ, ਤੈਨੂੰ ਮੈਂ ਕਿੰਨੀ ਵਾਰ ਆਖਿਆ ਕਿ ਉਹ ਤਾਂ ਤੇਰੇ ਮੂੰਹ ਵੱਲ ਤੇ ਮੈਂ ਵਹਿੰਦੀ ਰਹਿੰਦੀ ਆ, ਤੇ ਤੂੰ ਇਹੋ ਜਿਹੇ ਤਾਂ ਨਾ ਕੰਮ ਕਰਿਆ ਕਰ। ਪਤਾ ਮਾਤਾ ਕਿੰਨੀ ਕੁ ਵਹਿੰਦੀ ਰਹਿੰਦੀ ਆ, ਜਾਵੇ ਇਹੋ ਜਿਹੀਆਂ ਗੱਲਾਂ ਨਾ ਕਰ, ਹੋਰ ਕੋਈ ਹੈਗਾ ਜਿਹਦੇ ਵੱਲ ਵਹਿੰਦੀ ਆ? ਤੇਰੇ ਵੱਲ ਹੀ ਤੇ ਮੈਂ ਵੇਖਣਾ ਵਾ, ਅਗਲਾ ਕੱਲ ਦੇ ਲੀੜੇ ਸੁੱਕਣੇ ਧੋਤੇ ਉੱਥੇ ਹੀ ਪੈਰ ਤੇ ਪਏ ਈ ਓ, ਤੇ ਮੈਂ ਹੁਣ ਆਈ, ਮੈਂ ਚੱਲ ਸੁੱਕਣੇ ਪਾਉਂਦੀ ਆ, ਤੇ ਸੁੱਕੇ ਆ ਲੱਗਦਾ, ਆ ਕਿਤੇ ਸੁੱਕੇ, ਆ ਵੇ ਸੁੱਕੇ ਆ, ਆ ਵੇਖ ਲਾ ਗਿੱਲੇ ਈ ਓ, ਮਾੜੇ ਮਾੜੇ ਸਿੱਲੇ ਆ ਲਿਆ ਮੈਂ ਪਾ ਦਿੰਦਾ ਕੋਈ ਨੀ।
ਜਿਹੜੇ ਉਹਨੇ ਕੰਮ ਕਰਨੇ ਆ ਨਾ ਉਹ ਸਾਨੂੰ ਹੁਣ ਕਰਨੇ ਪੈਣ ਡੇ ਉੱਠਿਆ ਜਾਂਦਾ ਫਿਰ ਕਿਸੇ ਬੰਦੇ ਦਾ ਹਿਸਾਬ ਕਿਤਾਬ ਵੀ ਰੱਖੀ ਦਾ ਹੋਈਗਾ ਹਨਾ ਮਾੜਾ ਮੋਟਾ ਤਾਂ ਤੁਰਨਾ ਹੀ ਪੈਂਦਾ ਵਾ ਇਹ ਥੋੜਾ ਵਾ ਕਿ ਹੁਣ ਢੇਰੀ ਢਾ ਕੇ ਬਹਿ ਜਾਣੀ ਆ ਚੱਲ ਕੋਈ ਨੀ ਕਹਿ ਦਿੰਦਾ ਮੈਂ ਕਹਿਣਾ ਕੀ ਆ ਮਾੜਾ ਜਿਹਾ ਹੁਣੇ ਉਹਨੇ ਕਿਹਾ ਤਾਂ ਉਸੇ ਵੇਲੇ ਲੜਨ ਬਹਿ ਜਾਣਾ ਵਾ ਉਹ ਕਿਹੜੀ ਕਿਸੇ ਸਿਰ ਮੂੰਹ ਪੂੰਦੀ ਹੈਗੀ ਆ ਲੜਨ ਵਾਲ ਚੱਤੇ ਪੈਰੀ ਉਹਦਾ ਵੀ ਧਿਆਨ ਵਾ ਤੇ ਗਾੜੀਓਂ ਸਾਨੂੰ ਫਿਰ ਗੁੱਸਾ ਚੜ ਜਾਂਦਾ ਵਾ ਕੀ ਕਰੀਏ ਹੁਣ ਚੱਲ ਮਾਤਾ ਕੋਈ ਗੱਲ ਨੀ ਠੰਡ ਰੱਖ ਭਰਾਵਾ ਠੰਡ ਹੀ ਰੱਖੀ ਆ ਲੜਨ ਨੂੰ ਕਿਸੇ ਦਾ ਵੀ ਨੀ ਜੀ ਕਰਦਾ ਖਾਲੀ ਪੈਸਾ ਲੜਾਉਣ ਡਿਆ ਪੈਸਾ ਖੁੱਲਾ ਹੁੰਦਾ ਤਾਂ ਲੜਨ ਨੂੰ ਕਿਹਦਾ ਜੀ ਕਰਦਾ ਵਾ ਇਹੋ ਹੀ ਆ ਕਿ ਚੱਲ ਪੈਸੇ ਦੇ ਨਾਲ ਬੰਦਾ ਕੋਈ ਕੰਮ ਕਰਾ ਲੈਂਦਾ ਕਿਸੇ ਕੋ ਕਰਾ ਲੈਂਦਾ ਵਾ ਮੈਨੂੰ ਵੀ ਪਤਾ ਵੀ ਕੰਮ ਪੈਸਿਆਂ ਨਾਲ ਹੀ ਹੁੰਦੇ ਆ ਪਰ ਹਰ ਵੇਲੇ ਪੈਸਾ ਪੈਸਾ ਨੀ ਕਰਦੇ ਰਹੀਦਾ ਪੁੱਤ ਤੂੰ ਹੁਣ ਕਿਸੇ ਜੁਗਤੀ ਲਾਇਆ ਹੋ ਜੀ ਜਿੱਥੋਂ ਪੈਸਾ ਆਵੇ ਨਹੀਂ ਤਾਂ ਕੋਈ ਕੰਮ ਕੁੰਮ ਤੇ ਚੱਲ ਜਿਆ ਕਰ ਕਿੰਨੇ ਕੰਮ ਲੋਕੀ ਜਾਂਦੇ ਤੇ ਤੇਰੇ ਕੋ ਨੀ ਜਾਇਆ ਜਾਂਦਾ ਲਾ ਲੂੰਗਾ ਜੁਗਤੀ ਬਾਬਾ ਬਸ ਆਹ ਗੱਲ ਸਾਬੀ ਮੈਨੂੰ ਤੇਰੀ ਚੰਗੀ ਨੀ ਲੱਗਦੀ ਐਦਾਂ ਹੀ ਆ ਕਰਦਾ ਤੂੰ ਕੰਮ ਕਰ ਨੂੰ ਤੇ ਤੇਰਾ ਮਾਸਾ ਨੀ ਜੀ ਕਰਦਾ ਤੇ ਤੇਰੇ ਸਿਰ ਤੇ ਤੂੰ ਰਿਹਾ ਤੇਰੇ ਚ ਅੱਜ ਕਿਤੇ ਸਾਰਿਆਂ ਗਈਆਂ ਨੀ ਬੜੀਆਂ ਵਾ ਖਾਲੀ ਰੋਟੀ ਪੀ ਮਾਂ ਪੁੱਤਾਂ ਨੇ ਆਹੋ ਇਧਰ ਰੋਟੀ ਖਾ ਲਈ ਆ ਤੇ ਮੰਮੀ ਨੇ ਮੰਮੀ ਨੂੰ ਮੈਂ ਪੁੱਛਣ ਗਈ ਸੀ ਕੀ ਕਹਿੰਦੀ ਮੈਂ ਨਹੀਂ ਖਾਣੀ ਕਿਉਂ ਅਰਦਾਸ ਹੋਈ ਬੈਠੀ ਹੈ ਕਿਹੜੀ ਗੱਲ ਜਦੋਂ ਸਵੇਰ ਮੰਮੀ ਉੱਠੀ ਨਾ ਜਦੋਂ ਮੈਂ ਚਾਹ ਫੜਾਈ ਸੀ ਉਦੋਂ ਮੈਨੂੰ ਮੰਮੀ ਦਾ ਰੁੱਖ ਢੰਗ ਲੱਗਣ ਡਿਆ ਸੀ ਵੀ ਅਰਦਾਸ ਜੀ ਆ ਪਰ ਮੈਂ ਉਦੋਂ ਪੁੱਛਿਆ ਨਹੀਂ ਮੈਂ ਜੇ ਮੈਂ ਛੇੜ ਕੇ ਬਹਿ ਗਈ ਨਾ ਤੇ ਮੰਮੀ ਨੇ ਸਵੇਰੇ ਸਵੇਰੇ ਅਥਰੂ ਘੇਰਨ ਡਿਆ ਭੈਣਾ ਹੁਣ ਮੈਂ ਰੋਟੀ ਪੁੱਛਣ ਗਈ ਹਾਂ ਤੇ ਰੋਟੀ ਅਜੇ ਮੈਂ ਖਾਣੀ ਨੀ ਮੈਂ ਤੇ ਰਾਤ ਮੈਨੂੰ ਨੀਂਦ ਵੀ ਨਹੀਂ ਆਈ ਮੇਰਾ ਜੀ ਨਹੀਂ ਲੱਗਣ ਡਿਆ ਮੈਂ ਮੈਨੂੰ ਪਤਾ ਲੱਗਿਆ ਕਿਹੜੀ ਗੱਲੋਂ ਜੀ ਨਹੀਂ ਲੱਗਣ ਡਿਆ ਫਿਰ ਕਹਿੰਦੀ ਮੈਨੂੰ ਤੂੰ ਅੰਦਰ ਜਾਵੀ ਫਿਰ ਪੈ ਵੀ ਜਾਂਦੀ ਆ ਸਾਨੂੰ ਬੰਦਾ ਕਰੇ ਵੀ ਕੀ ਜੀ ਤੇਰਾ ਉੱਧਰ ਉਡ ਉਡ ਕਰਨ ਡਿਆ ਵਾ ਮੰਮੀ ਦਾ ਵੀ ਮੈਂ ਉੱਥੇ ਜਾਵਾਂ ਕਿਉਂ ਨਹੀਂ ਕਿਹੜਾ ਮੰਮੀ ਨੂੰ ਰੋਕਿਆ ਵਾ ਦਾ ਨਾ ਭਾਜੀ ਨੇ ਰੋਕਿਆ ਹੀ ਨਾ ਆਪਾਂ ਰੋਕਿਆ ਆਪਾਂ ਤਾਂ ਕਿਹਾ ਹੀ ਚੱਲ ਜਾ ਮੰਮੀ ਵਿੱਚੋਂ ਕਹਿੰਦੀ ਮੈਂ ਨਹੀਂ ਜਾਣਾ ਰੋਕਿਆ ਭਾਵੇਂ ਨਹੀਂ ਰੋਕਿਆ ਉਹਦਾ ਮਨ ਇਹ ਵੀ ਆ ਨਾ ਵੀ ਜੇ ਇਹਨਾਂ ਨੇ ਮੈਨੂੰ ਕਹਿ ਦਿੱਤਾ ਮੈਂ 1 ਵਜੇ ਚੱਲ ਗਈ ਤੇ ਇਹਨਾਂ ਨੇ ਕਹਿਣਾ ਵੀ ਕਿੱਡੀ ਛੇਤੀ ਭੱਜੀ ਗਈ ਆ ਥਾਂ ਦਾ ਥਾਂ ਰੱਖਦੀ ਆ ਨਾ ਮੰਮੀ ਵੀ ਨਹੀਂ ਹੁਣ ਜੇ ਬੰਦੇ ਦਾ ਜੀ ਕਰਦਾ ਵਾ ਡੁਸਕੇ ਲਾਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਜੀ ਕਰਨਿਆ ਤੇ ਜਾ ਕੇ ਮਿਲਿਆ ਹੁਣ ਇਹਦੇ ਤੋਂ ਵੀ ਨਹੀਂ ਨਾ ਬੁਰੀ ਬਣਨਾ ਚਾਹੁੰਦੀ ਮੰਮੀ ਰਘਵੀਰ ਤੋਂ ਵੀ ਹੁਣ ਰਘਵੀਰ ਨੇ ਵੀ ਕਿਹਾ ਵੀ ਮੰਮੀ ਨਹੀਂ ਜਾਣਾ 1-2 ਵਜੇ ਚੱਲ ਰਘਵੀਰ ਨੇ ਕਿਹਾ ਵੀ ਹੈਗਾ ਵੀ ਮੰਮੀ ਚੱਲ ਜਾ ਫਿਰ ਗੁੱਸੇ ਨਾਲ ਕਹਿੰਦਾ ਵੀ ਨਹੀਂ ਜਾਣਾ ਵੀ ਕੰਮ ਜਦੋਂ ਚੰਗੇ ਨਹੀਂ ਕੀਤੇ ਉਦੋਂ ਵੀ ਤੁਸੀਂ ਇੱਕ ਵਾਰੀ ਭਾਜੀ ਨੂੰ ਕਹੋ ਵੀ ਚੱਲ ਜਾ ਲੈਂਦੇ ਇੱਕ ਵਾਰੀ ਇੱਦਾਂ ਛੁੱਟਦੀ ਛੁੱਟ ਜੂਗੀ ਹੁਣ ਤੇ ਛੁੱਟਣ ਹੀ ਡਈ ਆ ਅੱਗੇ ਤੇ ਕਿੰਨੇ ਮਹੀਨੇ ਲੰਘ ਗਏ ਛੁੱਟਣ ਹੀ ਡਈ ਆ ਹੁਣ ਕਿੰਨਾ ਵੀ ਰੁੱਸ ਕੇ ਬੈਠੇ ਰਹਿਣਾ ਵਾ ਉਹ ਵੀ ਆਪਣੀ ਗਲਤੀ ਮੰਨ ਲਏ ਤੇ ਇਹ ਵੀ ਮਾਫ ਕਰ ਦੇਣ ਆਪੇ ਸਾਰੀ ਗੱਲ ਨਿਬੜ ਜੇ ਤਾਂ ਤੇ ਉਹਦੀ ਵੀ ਬੜੀ ਆ ਉਹ 1 ਵਾਰੀ ਫੋਨ ਕੀਤਾ ਵਾ ਬਾਅਦ ਤੇ ਫੋਨ ਕੀਤਾ ਹੀ ਨਹੀਂ ਉਹ ਵੀ ਛਾਪਿਆ ਤੇ ਉਹਦੀ ਧੁੰਦੀ ਆ ਚੱਲ ਉਹਨੇ 1 ਵਾਰੀ ਫੋਨ ਵੀ ਕੀਤਾ 1 ਵਾਰੀ ਉਹ ਆਈ ਵੀ ਮੁੜਦੀ ਪੈ ਰਹੀ ਤੇ ਤੂੰ ਤੇ ਤੇਰੇ ਜੇਠ ਨੇ ਭਜਾ ਦਿੱਤੀ ਤੇ ਫਿਰ ਉਹ ਹੁਣ ਕੀ ਕਰੇ ਉਹਦੇ ਭੈਣੇ ਫਿਰ ਫੇਰ ਨਾ ਮੈਨੂੰ ਭਜਾ ਦੇ ਪਰ ਦੀਦੀ ਉਹ ਤੇ ਗੱਲ ਤੱਤੀ ਤੱਤੀ ਸੀ ਵੀ ਉਹ ਤੇ ਗੁੱਸਾ ਆਉਂਦਾ ਹੀ ਵੀ ਇਹ ਪਹਿਲੋਂ ਕਿਹੜੇ ਕੰਮ ਦੀ ਹੁੰਦਾ ਸੀ ਕਿ ਜਿਹੜੀ ਰੱਖੜੀ ਲੈ ਕੇ ਆ ਗਈ ਹੁਣ ਤੇ ਚਲੋ ਗੱਲ ਠੰਡੀ ਪੈ ਗਈ ਆ ਵੀ ਤੂੰ ਚੱਲ 1 ਹੋਣੀ ਆ ਆਈ ਆ ਨਾ ਆਈ ਆ ਨਾ ਫੋਨ ਕੀਤਾ ਉਦਣ ਹੀ ਮਾੜਾ ਮੋਟਾ ਜਿਹਾ ਫੋਨ ਕੀਤਾ ਵਾ ਤੁਹਾਡੇ ਸਾਹਮਣੇ ਕੀਤਾ ਵਾ ਜੇ ਏਡਾ ਹੀ ਮੰਮੀ ਨੂੰ ਉਹਨੂੰ ਵੀ ਇਹ ਚਾਹੁੰਦਾ ਆਣ ਕੇ ਮਿਲੇ ਤਾਂ ਸਹੀ ਹਾਲ ਚਾਲ ਤੇ ਪੁੱਛੇ ਕਿੰਨਾ ਮੰਮੀ ਬਿਮਾਰ ਹੈ ਕਿਤੇ ਤਾਂ ਨਹੀਂ ਹੈ ਬੜੀ ਏਦਾਂ ਹੀ ਆਨੇ ਬਹਾਨੇ ਨਾਲ ਮਿਲਿਆ ਜਾਂਦਾ ਹੁੰਦਾ ਵਾ ਨਾ ਹੁਣ ਰੋਟੀ ਨਹੀਂ ਹੁਣ ਮੰਮੀ ਵਾਲੇ ਨੇ ਕਿ ਰਾਤ ਤੱਕ ਰੋਟੀ ਨਹੀਂ ਖਾਣੀ ਤੇ ਬਿਮਾਰ ਹੋ ਕੇ ਬਹਿਣਾ ਤੇ ਮੈਨੂੰ ਕਹੀਂ ਨੂੰ ਚੁੱਕੀ ਫਿਰਨਾ ਆ ਵੀ ਉਹਦਾ ਕੀ ਜਾਣਾ ਰੋਟੀ ਪਾਣੀ ਖਾਓ ਆਪਣਾ ਹੱਸੋ ਖੇਡੋ ਨਹੀਂ ਰੋਟੀ ਪਾਣੀ ਖਾ ਤੇ ਤੋਰ ਨਾ ਸਕੋ ਕਹਿ ਵੀ ਭਾਈ ਮੈਂ ਮਿਲ ਜਾਣਾ ਜੇ ਤੁਸੀਂ ਮੈਨੂੰ ਨਾ ਰੋਕਿਓ ਆਪਣੀ ਮਰਜ਼ੀ ਨਾਲ ਨਹੀਂ ਜਾਣ ਲਈ ਨਾਲੇ ਰਘਵੀਰ ਦਾ ਵੀ ਮਨ ਰੱਖਦੀ ਆ ਵੀ ਮੈਂ ਉਹਦੇ ਸਾਹਮਣੇ ਮੈਂ ਜਾਣਾ ਨਹੀਂ ਆ ਤੇ ਨਾਲੇ ਮਨ ਨਹੀਂ ਕਰਦਾ ਕਿ ਮੈਂ ਜਾਵਾਂ ਕੀ ਕਰੇ ਜੇ ਬੰਦਾ ਹਾਂ ਇਹ ਕਾ ਆ ਤੇ ਆ ਟੀ ਗਣੀ ਨਾ ਵੇਖੋ ਚਾਹ ਤੂੰ ਫੜਾ ਕੋਨੇ ਹਾਂ ਓਏ ਓਏ ਕੀ ਬਣ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਜੀ
ਨਹੀਂ ਪੜ੍ਹਾਈ ਤੇ ਕਰਨੀ ਪਈ ਆ ਮੈਂ, ਨਹੀਂ ਜਾਇਆ ਨਹੀਂ ਗਿਆ। ਠੀਕ ਜੇ ਕੋਈ ਨੀ ਫਿਰ ਮੈਂ ਅੱਜ ਕੱਲ੍ਹ ਚ ਕਰਾ ਲੈਂਦੀ, ਅੱਜ ਹੀ ਚਲੋ ਕੋਈ ਨੀ ਕਰਾ ਲੈਂਦੀ ਆ ਫਿਰ ਮੈਂ। ਹਾਂਜੀ ਠੀਕ ਹੈ। ਹਾਂ ਨਰਸ ਦੀਦੀ ਦਾ ਫੋਨ ਸੀ, ਉਹ ਕਹਿੰਦੀ ਤੁਸੀਂ ਸਕੈਨ ਕਿਉਂ ਨੀ ਕਰਾ ਕੇ ਲਿਆਉਣ ਡੇ, ਚਲੋ ਚੱਲੀਏ ਸਕੈਨ ਕਰਾਉਣ। ਕਿੰਨੇ ਦਿਨ ਹੋ ਗਏ ਮੈਂ ਤੁਹਾਨੂੰ ਕਹਿਣ ਡੀ, ਤੁਸੀਂ ਪੈਸਿਆਂ ਦਾ ਕਹਿ ਦਿੰਦੇ ਪੈਸੇ ਹੈ ਨੀ ਪੈਸੇ ਹੈ ਨੀ ਹੈ ਹੈਂ। ਆ ਲੈ ਜਿੰਨੇ ਅਗੇ ਕੱਢ ਲਓ, ਇੱਚ ਕੀ ਹੈ ਜੂਆ, ਆ 100 ਤੇ ਆ 200 ਤੇ ਆ 20 ਰੁਪਏ ਵਿੱਚ ਨਰਸ ਨੂੰ ਵੀ ਵਿਖਾ ਲਿਆ। ਤੇ ਨਰਸ ਨੇ ਠੇਕਾ ਲਿਆ ਵਾ ਤੁਹਾਡੇ ਪੈਸਿਆਂ ਦਾ, ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਉਹਨੇ ਕੋਲੋਂ ਦੇ ਦੇਣੇ ਆ ਪਰਸ ਵੇਖ ਕੇ। ਖਾਣ ਪੀਣ ਤੋਂ ਖੁੱਲਾ ਡਈ ਹੈ, ਹੱਦ ਹੋ ਗਈ ਯਾਰ। ਬੰਦਾ ਥੋੜਾ ਬਹੁਤਾ ਤੇ ਸੋਚਦਾ ਵਾ ਵੀ ਹੁਣ ਕਿੰਨੇ ਦਿਨ ਹੋ ਗਏ ਤੁਸੀਂ ਜੇ ਠੇਕਾ ਲੈ ਵੀ ਮੈਂ ਨਹੀਂ ਜਾਣਾ ਕੰਮ ਤੇ। ਬਾਬਾ ਕੰਮ ਹੀ ਆ, ਜਿੰਨਾ ਕੁ ਮਿਲਦਾ ਓਨਾ ਕੁ ਕਰ ਲੈਣਾ ਵਾ। ਰਾਤੀ ਅੱਧੀ ਰਾਤ ਦਾ ਕੰਮ ਤੋਂ ਆਏ ਤੇ ਖਾਲੀ ਹੱਥ ਲੈ ਕੇ ਆ ਗਿਆ ਭੀ, ਉਹ ਕਹਿੰਦਾ ਪੈਸੇ ਕੱਲ ਨੂੰ ਲੈ ਜੀ। ਉਹਨੇ ਉਹਨੂੰ ਕੀਤਾ ਮੈਂ ਫੋਨ ਆਦਾ ਘੰਟੇ ਕ ਤੱਕ ਆਈ ਤੇ ਲੈ ਜੀ। ਚੱਲ ਫਿਰ ਘੰਟੇ ਕ ਤੱਕ ਜਾ ਕੇ ਪੈਸੇ ਲਿਆ ਕੇ ਨਾ ਫਿਰ ਚੱਲੀਏ ਸਕੈਨ। ਸਕੈਨ ਕਿੰਨੇ ਦੀ ਹੋਣੀ? 800-900 ਰੁਪਈਆ ਤੇ ਲੱਗ ਹੀ ਜਾਣਾ ਵਾ, ਤੇ ਫਿਰ ਵੀ ਮੋਟਰਸਾਈਕਲ ਚ ਵੀ ਤੇਲ ਪਾਉਣਾ, ਕਿੰਨਾ ਖਰਚਾ ਜਾਂਦਾ। 1200 ਰੁਪਈਆ ਮਿਲਦਾ ਮੈਨੂੰ ਸਰਜੂਗਾ। ਚੱਲ ਸਰ ਜਾਣਾ ਵਾ, ਚਲੋ ਚੱਲੀਏ ਫਿਰ। ਜਾਣੇ ਠਹਿਰ ਕੇ ਕੋਈ ਨੀ, ਮੈਨੂੰ ਆਉਂਦਾ ਨਾ ਹੁਣ, ਨਹੀਂ ਨਾ ਆਇਆ ਤੇ ਮੈਂ ਆਪ ਕਰ ਲੂੰਗਾ ਫਿਰ ਮੈਂ ਫੜ ਲਿਆਉਂਗਾ ਪਹਿਲੇ। ਹਾਂ ਬਾਬਾ ਚੱਲੀਏ ਫਿਰ, ਇਦਾਂ ਚੰਗੇ ਨਹੀਂ ਲੱਗੀਦਾ। ਹਾਂ ਕੋਈ ਨਾ, ਨਰਸ ਕੋਈ ਗੱਲਬਾਤ ਕਰੂਗੀ ਮੁੜ ਕੇ, ਉਹਨੇ ਦਵਾਈ ਵੀ ਨਹੀਂ ਦੇਣੀ ਕਹਿਣਾ, ਤੇ ਤੁਸੀਂ ਮਰਜ਼ੀਆਂ ਆਪਣੀ ਕਰਦੇ ਜੇ ਤੇ ਫਿਰ ਮੇਰੇ ਵੱਲ ਕੀ ਕਰਨ ਆਉਂਦੇ, ਫਿਰ ਆਪਣੀ ਮਰਜ਼ੀਆਂ ਨਾਲ ਲਓ ਦਵਾਈ ਤੇ ਖਾਓ। ਸੁੱਕ ਸਕੈਨ ਕਰਾ ਕੇ ਦਵਾਈ ਵੀ ਨਾਲੇ ਲਿਆਉਣੀ, ਫਿਰ ਤੁਹਾਨੂੰ ਵੀ ਖਲਣੀ ਪੈਣੀ ਹੈ, ਜੇ ਕੋਈ ਹੋਈ ਵੱਧ ਘੱਟ ਤੇ ਉਹਨੇ ਉਸ ਹਿਸਾਬ ਨਾਲ ਦਵਾਈ ਬਦਲ ਦੇਣੀ ਹੈ। ਫਿਰ ਪੈਸੇ ਦਵਾਈ ਦੇ, ਸੜਕੀ ਮੇਰੀ ਕਿਸਮਤ ਹਾਏ ਨੀ ਕਿਸਮਤ ਦੇ ਕਿੱਥੇ ਵਾਹ ਪਾਤਾ ਮੇਰੇ ਨਾਲ। ਕੀ ਗੱਲ ਕੀ ਆ ਦੱਸ? ਕੋਈ ਗੱਲ ਨੀ ਸਭ ਵੀ ਮੇਰਾ ਅੱਗੇ ਅੱਜ ਮੂਡ ਨੀ ਜੇ ਸਹੀ ਤੇ ਨਾ ਮੈਨੂੰ ਪਰ ਉਹਦੇ ਤੇ ਮੇਰੀ ਬਾਂਹ ਹੀ ਫੜ ਕੇ ਇੱਦਾਂ ਮਰੋੜ ਛੜੀ ਆ ਕਿਤੇ। ਕਿੱਡੀ ਤੋਂ ਰੋਂਦੀ ਬਣੀ ਆ ਵੀ ਤੇਰੀ ਬਾਂਹ ਮਰੋੜਤੀ ਫੜ ਕੇ, ਤੇ ਹੋਰ ਵਿੱਚ ਇੱਥੇ ਅੰਗੂਠਾ ਖੁੱਲ ਗਿਆ ਤੁਹਾਡਾ। ਤਰਲੇ ਲੈਣ ਨਹੀਂ ਮੈਂ ਰੁਪਈਏ ਰੁਪਈਏ ਨੂੰ, ਮੇਰੇ ਮਾਂ ਪਿਓ ਨੇ ਮੇਰੇ ਦਾ ਕੁਛ ਨੀ ਸੋਚਿਆ, ਮੈਨੂੰ ਇੱਥੇ ਰੋੜਨ ਲੱਗੀ ਨੂੰ। ਮੈਂ ਤੇ ਕਹਿਣ ਡਿਆ ਚੱਲ ਜਾ ਮਾਂ ਪਿਓ ਕੋਲੋਂ, ਕਰਵਾ ਉਹਨਾਂ ਨੂੰ ਫੋਨ। ਧੱਕੇ ਹੀ ਦੇਣ ਡਏ ਜੇ ਮੈਨੂੰ ਵੀ ਚੱਲ ਜਾ ਚੱਲ ਜਾ, ਨਹੀਂ ਤੇ ਕੋਈ ਕਸਰ ਨੀ ਛੱਡਣ ਡਏ। ਜਿੰਨੇ ਮੇਰੇ ਕੋ ਹੈਗੇ ਉਹਨੇ ਮੈਂ ਲਾਉਣ ਡਿਆ ਵਾਂ, ਹੁਣ ਮੈਂ ਕਿੱਥੋਂ ਰੁੱਖਾਂ ਨਾਲ ਤੋੜ ਤੋੜ ਦੇ ਆਈ ਜਾਵਾਂ। ਤੁਹਾਨੂੰ ਤਾਂ ਮਾਸਾ ਸ਼ਰਮ ਨਹੀਂ ਹੁੰਦੀ ਵੀ ਸਾਡਾ ਸਟੈਂਡ ਵੀ ਆਹੀ ਸਾਡੇ ਨਾਲ ਆ ਗਈ, ਸਾਡੀ ਬੇਇੱਜ਼ਤੀ ਨਹੀਂ ਹੋਣ ਦਿੱਤੀ। ਸਟੈਂਡ ਹੀ ਤੇ ਆ ਜਿਹੜੀ ਜ਼ਮੀਨ ਜਾਇਦਾਦ ਉਹ ਨਹੀਂ ਲਈ। ਹਾਂ ਉਧਰ ਹੀ ਤੁਹਾਡਾ ਧਿਆਨ, ਮੈਂ ਨਹੀਂ ਚੱਲਿਆਣੀ ਜਿਹੜੀ ਸਿੱਧੀ ਗੱਲ ਵਾ ਹੁਣ। ਕੋਈ ਨੀ ਸੋਖਾ ਕੰਮ ਕਰ ਲਿਆ ਸਾਰਾ, ਕਿੱਥੇ ਤਿਆਰ ਹੋ ਗਿਆ ਬੀ, ਕਿੱਥੇ ਚੱਲੀ ਆ? ਸਕੈਨ ਕਰਾਉਣ ਮੰਮੀ ਜੀ। ਤੈਨੂੰ ਕਿੰਨੀ ਆਮ ਤੱਕ ਆਉਣ ਜਾਣਾ ਵਾ? ਸਾਬੀ ਕਹਿੰਦਾ ਚੱਲ ਚੱਲੀਏ, ਨਰਸ ਦਾ ਫੋਨ ਆਇਆ, ਉਹ ਕਹਿੰਦੀ ਕੱਲ ਕੋਈ ਅਭੀ ਨਬੀ ਹੋ ਗਈ ਨਾ ਤੇ ਮੈਨੂੰ ਨਾ ਕਿਹਾ, ਤੇ ਗਾਂ ਤਾਂ ਮੈਂ ਨੀ ਦਵਾਈ ਦੇਣੀ ਜੇ ਤੁਸੀਂ ਮੇਰੇ ਕਹਿੰਦੇ ਨੀ ਚੱਲਣਾ ਦੇ। ਨਹੀਂ ਨਰਸ ਤੇ ਵਿਹਲੀ ਆ, ਉਹਨੂੰ ਤਾਂ ਪੈਸਿਆਂ ਦੇ ਨਾਲ ਮਤਬਲ ਵਾ, ਤੂੰ ਉਹਦੇ ਬਿਨਾ ਉਹਦੇ ਤੋਂ ਮਨ ਲੈ ਆ। ਨਰਸ ਨੇ ਸਕੈਨ ਕਰਨੀ ਹੈ, ਸਕੈਨ ਤਾਂ ਹਸਪੀਟਲ ਵਾਲਿਆਂ ਨੇ ਕਰਨੀ, ਉਹਦੇ ਪੈਸੇ ਨੇ ਇਹਨਾਂ ਨੂੰ ਕੀ ਮਤਲਬ? ਨਹੀਂ ਭੈਣਾ ਉਹਦੇ ਦੇ ਚੋਂ ਨਾ ਕਿ ਮੈਂ ਦਵਾਈ ਬਦਲੀ ਕਰੂੰਗੀ, ਮਹਿੰਗੀ ਵਾਲੀ ਦਊਂਗੀ, ਉਹ ਤਾਂ ਉਹਨੇ ਪਤਾ ਪੈਸੇ ਲੁੱਟਣ ਦਾ ਧਿਆਨ ਧਰਿਆ ਹੀ ਉਹਨੇ। ਜਾਊਗਾ ਮੰਮੀ ਨਿਰਮਾਣ ਕਰੋ, ਜੇ ਕੋਈ ਕੰਮ ਗੱਲਬਾਤ ਹੋਗੀ ਤੇ ਮੁੜ ਕੇ ਜੇ ਬਹਿ ਕੇ ਪਛਤਾਉਣਾ, ਮੁੜ ਕੇ ਅਰਕਾਂ ਨੂੰ ਦੰਦੀਆਂ ਵੱਢਣੀਆਂ, ਬਹਿ ਪਾ ਇੱਥੇ। ਨਹੀਂ ਭੈਣਾ ਵੱਢਦੇ ਅਰਕਾਂ ਨੂੰ ਦੰਦੀਆਂ, ਪਤਾ ਕੀ ਕੰਮ ਧੰਦਾ ਕਰਿਆ ਕਰ, ਰੋਟੀ ਪਾਣੀ ਤੇ ਖੁੱਲਾ ਖਾਂਦੀ ਆ, ਸਰੀਰ ਵਿੱਚ ਲਾਗੇ ਨਾ ਕਿੱਡਾ ਸੋਹਣਾ ਹੋਇਆ, ਹੁਣ ਸਕੈਨ ਕਰਾਉਣ ਦੀ ਤਾਂ ਕੋਈ ਲੋੜ ਹੀ ਨੀ ਪੈਣੀ। ਜਾਵਾਂ
ਸਾਬੀ ਨੂੰ ਮੈਂ ਪੁੱਛਦੀ ਆ ਤੁਰ ਪੀ ਪਾ ਕੇ ਘੱਗਰਾ ਜਿਆ ਸੋਖਾ ਜਾ ਕਹਾਂ ਚੱਲੀਏ ਸੋਖ ਤੇ ਮਗਰ ਹੀ ਆਉਂਦੀ ਪਹਿਲਾਂ ਤੇਰੇ ਨਾਲ ਮੈਂ ਗੱਲ ਕਰਦੀ ਆ ਹਾਂ ਕਿੱਥੇ ਲੈ ਕੇ ਤੁਰ ਪਿਆ ਵਾ ਆਪਾਂ ਜਾਣਾ ਵਾ ਕੰਮ ਕੰਮ ਕਿਹੜੇ ਸਗਨ ਲਾਉਣ ਚੱਲਿਆ ਕਿਤੇ ਮਾਂ ਖਾਣ ਨੂੰ ਆ ਜਾਂਦੀ ਮਾਤਾ ਨਾ ਪਤਾ ਨਾ ਥਾ ਹੋ ਇਹਨੂੰ ਕੁਛ ਅੱਜ ਦੇ ਜ਼ਮਾਨੇ ਦਾ ਪਿਛਲੀਆਂ ਹੀ ਗੱਲਾਂ ਲੈ ਲੈ ਤੁਰੀ ਜਾਂਦੀ ਆ ਵੀ ਜੋ ਕੁਛ ਮੈਂ ਕੀਤਾ ਅੱਗੇ ਵੀ ਉਹੀ ਕੁਛ ਹੋਈ ਹੋਈ ਹੁਣ ਇੰਨਾ ਨਹੀਂ ਪਤਾ ਲੱਗਦਾ ਵੀ ਕਿੰਨਾ ਚੇਂਜ ਹੋ ਗਿਆ ਵਾ ਸਾਰਾ ਕੁਛ ਹੁਣ ਪਹਿਲਾਂ ਸਮਾਂ ਰਹਿ ਗਿਆ ਵਾ ਕੁਛ ਦੱਸ ਮਾਤਾ ਨਾ ਐਵੇਂ ਨਾ ਉਹ ਗੱਲ ਵੀ ਨਾ ਹੁਣਾ ਕਰਿਆ ਕਰ ਨਾ ਨਹੀਂ ਮਾਂ ਨੂੰ ਤੇ ਖੱਤਿਆਂ ਤੋਂ ਪੁੱਛਿਆ ਨੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਨਹੀਂ ਮੇਰੇ ਤੋਂ ਬਗੈਰ ਤਾਂ ਪੱਤਾ ਨੀ ਹਿਲਦਾ ਤਾਂ ਤੁਸੀਂ ਘਰੋਂ ਕਿੱਥੋਂ ਹਿਲ ਜੋਗੇ ਚਲੋ ਆ ਜਾਓ ਮੈਂ ਦਰਵਾਜ਼ੇ ਖੋਲਾਂ ਨਹੀਂ ਸੱਤ ਖਲੋ ਜਾ ਦੋ ਮਿੰਟ ਪਹਿਲਾਂ ਮੈਨੂੰ ਗੱਲ ਕਰ ਲੈਣ ਦੇ ਇਹਦੇ ਨਾਲ ਉਹ ਕਿਤੇ ਨੀ ਗੱਲ ਕਰ ਲੈਂਦੇ ਕੀਤੀ ਆਣ ਕੇ ਕਰਦੇ ਗੱਲ ਚਾੜਤੀਆਂ ਨੂੰ ਪਤਾ ਨੀ ਲੱਗਾ ਅੰਦਰੋਂ ਕਿਹੜੇ ਵੇਲੇ ਤਿਆਰ ਹੋਈ ਤੇ ਲੈ ਕੇ ਫੋਨ ਤੁਰ ਪਈ ਆ ਚੱਲ ਸੋਚੋ ਮੈਂ ਫਿਰ ਤੇਰੀ ਦਵਾਈ ਫੜ ਲਿਆ ਅੰਦਰ ਚੱਲ ਫੜ ਲਿਆ ਫਿਰ ਮੈਂ ਇੱਥੇ ਬਹਿ ਜਾਣਾ ਆਪ ਇੱਥੇ ਬਹਿ ਫੜ ਲਿਆ ਆ ਚੱਲ ਆ ਵੀ ਚੰਗਾ ਹੋਗਾ ਜਿਹੜਾ ਨਰਸ ਨੇ ਕਹਿਤਾ ਵੀ ਸਕੈਨ ਦੀ ਹਜੇ ਲੋੜ ਨਹੀਂ ਦਵਾਈਆਂ ਨਾਲ ਹੀ ਸਰ ਜਾਣਾ ਪਰ ਦਵਾਈਆਂ ਵੀ ਉਹਨੇ ਕਿੰਨੀਆਂ ਹੀ ਲੈ ਦਿੱਤੀਆਂ ਚੰਗਾ ਹੋ ਗਿਆ ਹਸਪੀਟਲ ਆ ਗਈ ਆਪਾਂ ਹਾਂਜੀ ਵਧੀਆ ਮਾਸੀ ਜੀ ਤੁਸੀਂ ਸੁਣਾਓ ਹਾਂ ਠੀਕ ਆ ਹੋਰ ਕਿੱਦਾਂ ਠੀਕ ਨੀ ਗੀ ਦਵਾਈ ਲੈਣੀ ਆ ਨਹੀਂ ਨਹੀਂ ਮਾਸੀ ਜੀ ਮੇਰੀ ਤੇ ਮਹਾਰਾਜ ਨੇ ਚਲੋ ਸੁਣੀ ਸੀ ਤੇ ਮੈਂ ਚਲ ਸ਼ੁਕਰ ਵਾ ਵਧਾਈ ਹੋਵੇ ਫਿਰ ਤੇ ਤੈਨੂੰ ਤੁਹਾਨੂੰ ਬਹੁਤੀਆਂ ਬਹੁਤੀਆਂ ਮਾਸੀ ਜੀ ਸ਼ੁਕਰ ਆ ਹੋਰ ਵਧੀਆ ਠੀਕ ਠਾਕ ਰਾਜਵਿੰਦਰ ਠੀਕ ਠਾਕ ਹੀ ਹਾਂ ਰਾਜਵਿੰਦਰ ਠੀਕ ਠਾਕ ਅੱਛਾ ਮਾਸੀ ਜੀ ਫਿਰ ਮਾਰਿਆ ਸੀ ਤੁਸੀਂ ਗੇੜਾ ਆਹੋ ਉਹ ਆਈ ਸੀ ਰੱਖਣੀ ਦੇ ਉੱਤੇ ਆਈ ਸੀਗੀ ਠੀਕ ਠੀਕ ਆਹੋ ਫਤਿਹ ਠੀਕ ਠਾਕ ਹੀ ਹਾਂ ਫਤਿਹ ਠੀਕ ਸੱਜ ਮਾਸੀ ਜੀ ਤੁਸੀਂ ਵੀ ਠੀਕ ਨਹੀਂ ਸੀ ਰਹਿੰਦੇ ਹੁਣ ਠੀਕ ਜੀ ਇੱਦਾਂ ਸਰੀਰ ਬੜਾ ਢਿੱਲਾ ਸੀ ਸੁੱਖ ਹੁਣ ਮਾੜਾ ਜਿਹਾ ਫਰਕ ਪਿਆ ਬੀਪੀ ਅੱਜ ਫਿਰ ਲੱਗਣ ਡਿਆ ਵੀ ਕਿੱਦਾਂ ਵਧਿਆ ਤੇ ਮੈਂ ਚੈੱਕ ਕਰਾ ਹੀ ਆਵਾਂ ਫਿਰ ਜ਼ਿਆਦਾ ਪੈ ਜੂ ਕੀ ਫਾਇਦਾ ਵਾ ਆਹੋ ਇਹ ਤਾਂ ਮੈਨੂੰ ਤੁਹਾਡੇ ਨਾਲ ਨਾ ਟੱਕਰੇ ਹੀ ਨਹੀਂ ਹੋ ਜਾਂਦੇ ਨਹੀਂ ਤਾਂ ਮੈਂ ਤੁਹਾਡਾ ਹਾਲ ਚਾਲ ਪੁੱਛਣਾ ਸੀ ਫਿਰ ਆਹੋ ਇੱਦਾਂ ਫਿਰ ਕੇਲੇ ਮਿਲਿਆ ਜਾਂਦਾ ਕੇਲੇ ਨਹੀਂ ਮਿਲਿਆ ਜਾਂਦਾ ਢਿੱਲ ਮੱਠ ਚ ਨਹੀਂ ਖਿਆ ਰਹਿੰਦਾ ਹਾਂ ਮੇਰਾ ਵੀ ਫਿਰ ਪੇਕੇ ਘੱਟ ਹੀ ਗੇੜਾ ਵੱਜਦਾ ਨਾ ਘੱਟ ਕਾ ਤੋਂ ਵੱਜਦਾ ਕੀ ਹੋ ਕੀ ਗਿਆ ਹੁਣ ਐਵੇਂ ਮਾਸੀ ਜੀ ਝਗੜਾ ਮਾੜਾ ਜਿਹਾ ਉਸ ਤੋਂ ਹੀ ਵੱਧ ਗਈ ਆ ਝਗੜਾ ਕਾ ਤੋਂ ਝਗੜਾ ਕਰਨਾ ਤੁਸੀਂ ਕਿਤੇ ਰਣ ਮਹਿਣ ਚੜਿਆ ਹੈ ਕਿਤੇ ਮਾਸੀ ਜੀ ਝਗੜੇ ਤੁਹਾਡੇ ਕੱਚੀ ਲੱਸੀ ਕਰ ਛੜੀ ਉੱਚ ਪਾਣੀ ਪਾ ਪਾ ਹੋਰ ਵਧਾ ਛੜਿਆ ਉਹਨੂੰ ਤੇ ਪੁੱਤ ਤੂੰ ਸਿਆਣੀ ਬਣਦੀ ਹੈ ਤੂੰ ਕਾਹਨੂੰ ਕਿਸੇ ਦੇ ਮਗਰ ਲਾ ਕੇ ਤੇ ਆਪਣੀ ਕੱਚੀ ਲੱਸੀ ਵਧਾਈ ਤੂੰ ਆਪਣਾ ਮਨ ਕਰਦੀ ਵੀ ਮੇਰਾ ਕੀ ਮਨ ਕਹਿੰਦਾ ਮਾਸੀ ਜੀ ਮੈਂ ਤੇ ਬਥੇਰਾ ਰੱਖੜੀਆਂ ਲੈ ਕੇ ਗਈ ਸੋਲਾਂ ਨੂੰ ਅੱਗੋਂ ਤੁਹਾਡੀ ਕੁੜੀ ਵੀ ਨਹੀਂ ਜੇ ਘੱਟ ਉਹ ਵੀ ਮੈਨੂੰ ਪੈ ਗਈ ਤੇ ਵੀਰ ਮੇਰਾ ਵੀ ਪੈ ਗਿਆ ਭਾਵੇਂ ਤੁਸੀਂ ਗੁੱਸਾ ਹੀ ਕਰੋ ਵੀ ਮੇਰੀ ਕੁੜੀ ਨੂੰ ਆਉਂਦੀ ਆ ਨਹੀਂਗਾ ਕੋਈ ਕਿਸੇ ਜੀ ਮੇਰੀ ਉਹ ਕੁੜੀ ਉਹ ਜੀ ਤੂੰ ਵੀ ਆ ਮੈਂ ਤੈਨੂੰ ਮਾੜਾ ਨਹੀਂ ਸਮਝਦੀ ਤੁਹਾਨੂੰ ਪਰ ਇਹ ਵੀ ਕੋਈ ਗਲਤੀ ਹੋਈ ਹੋਊ ਤਾਂ ਉਹਨੇ ਕਿਹਾ ਨਹੀਂ ਤੇ ਐਡੀ ਵੀ ਸ਼ਰੈਣ ਨਹੀਂ ਗੀ ਉਹ ਮਾਸੀ ਜੀ ਉਦੋਂ ਸ਼ੁਰੂ ਤੋਂ ਮੇਰੇ ਨਾਲ ਇਦਾਂ ਹੀ ਹਾਲ ਹੀ ਮੈਂ ਆਈ ਆ ਜਿਹੜੇ ਪੋਚੇ ਪਾਚੇ ਪਾ ਲਈ ਨਹੀਂ ਚਲੋ ਛੱਡੋ ਗੱਲਾਂ ਜਿਹੜੀਆਂ ਹੋ ਗਈਆਂ ਤੁਸੀਂ ਸੁਣਾਓ ਹੋਰ ਗੱਲਾਂ ਬਾਤ ਹਾਂ ਠੀਕ ਆ ਮੈਂ ਤਾਂ ਠੀਕ ਆ ਨਹੀਂ ਕੋਈ ਨਹੀਂ ਤੂੰ ਜਾਇਆ ਆ ਕਰ ਕੋਈ ਨਹੀਂ ਭੈਣ ਭਰਾ ਛੱਡਿਆ ਥੋੜੀ ਗੁਜ਼ਾਰੇ ਹੁੰਦੇ ਨਹੀਂ ਤੇ ਭੈਣ ਭਰਾਵਾਂ ਨੂੰ ਮਿਲਣਾ ਵਾ ਤੁਸੀਂ ਨਹੀਂ ਤੇ ਮਾਸੀ ਜੀ ਗੱਲ ਕਰੇ ਉਹ ਮੇਰੀ ਮੰਮੀ ਨਾਲ ਵੀ ਸੁੱਖ ਤਰਸਣ ਡਈ ਤੁਹਾਡੇ ਨਾਲ ਗੱਲ ਕਰਨ ਨੂੰ ਇੱਕ ਵਾਰੀ ਮੇਰੇ ਨਾਲ ਗੱਲ ਤੇ ਕਰੇ ਨਾਲੇ ਉਹਨੂੰ ਦੱਸਿਓ ਵਾ ਵੀ ਇੱਦਾਂ ਵਿਚਾਰੀ ਢੰਡੀ ਮੱਠੀ ਰਹਿੰਦੀ ਆ ਹੁਣ ਕੋਈ ਨਹੀਂ ਸੁੱਖ ਮੈਂ ਕਹੂੰਗੀ ਮੈਂ ਲੱਗਦੀ ਵਾ ਤੇਰੀ ਸੁਲਾਹ ਕਰਾਉਂਗੀ ਕੋਈ ਗੱਲ ਨਹੀਂ ਆ ਤੁਸੀਂ ਨਾ ਮਾਸੀ ਜੀ ਤੁਹਾਡੇ ਗੱਲ ਕਰ ਮੈਂ ਕਿਉਂ ਹੱਥ ਜੋੜਨੇ ਆ ਕਿਉਂ ਹੱਥ ਜੋੜਨੇ ਆ ਜੇ ਜੀ ਰਾਜਵਿੰਦਰ ਬਲਜੀਤ ਉਹ ਜੀ ਤੂੰ ਆ
ਮਾਸੀ ਦੇ ਮੂੰਹ ਨੇ ਮੇਰੇ ਮੇਲ ਹੋ ਜਾਣ, ਇਹ ਰੱਬਾ ਕਰਾ ਦੇ ਮੇਰੀ ਮਾਂ ਨਾਲ ਮੇਲ, ਹੁਣ ਨੀ ਉਹ ਮੇਰੇ ਕੋਲ ਵਿਛੋੜਾ ਸਿਆ ਜਾਂਦਾ ਇੰਨਾ।